ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਖਾਸਮ ਖਾਸ ਗੌਤਮ ਅਡਾਨੀ ਦੁਨੀਆ ਦਾ ਤੀਸਰੇ ਨੰਬਰ ਦਾ ਸਭ ਤੋਂ ਅਮੀਰ ਉਦਯੋਗਪਤੀ ਬਣ ਗਿਆ ਹੈ ਏਸ਼ੀਆ ਤੇ ਭਾਰਤ ਤੋਂ ਪਹਿਲਾ ਵਿਅਕਤੀ ਹੈ ਜੋ ਟੌਪ 3 ਦੇ ਵਿੱਚ ਪਹੁੰਚਿਆ ਹੈ ਨਰਿੰਦਰ ਮੋਦੀ ਦੇ ਵੱਲੋਂ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਅਡਾਨੀ ਦੀ ਸੰਪਤੀ ਵਿੱਚ ਕਿੰਨਾ ਵਾਦਾ ਹੋਇਆ 2015 ਦੇ ਵਿੱਚ ਅਡਾਨੀ ਤੇ ਅੰਬਾਨੀ ਕਿੱਥੇ ਖੜੇ ਸੀ ਤੇ ਅੱਜ 2022 ਦੇ ਵਿੱਚ ਇਹ ਦੋਨੇ ਭਾਰਤ ਦੇ ਮੁੱਖ ਉਦਯੋਗਪਤੀ ਕਿੱਥੇ ਖੜੇ ਨੇ ਤੁਸੀਂ ਵੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਮੈਂ ਪਰਮਿਤ ਸਿੰਘ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੀ ਸੰਪਤੀ ਰੌਕਟ ਦੀ ਰਫ਼ਤਾਰ ਦੇ ਵਾਂਗ ਵਧਦੀ ਜਾ ਰਹੀ ਆ ਬੀਤੇ 2 ਸਾਲਾਂ ਦੇ ਵਿੱਚ ਉਹਨਾਂ ਦੀ ਸੰਪਤੀ 'ਚ 1000 ਫੀਸਦੀ ਦੀ ਤੇਜ਼ੀ ਦੇਖੀ ਜਾ ਰਹੀ ਆ ਇਸ ਸਮੇ ਗੌਤਮ ਅਡਾਨੀ ਪੂਰੀ ਦੁਨੀਆ ਭਰ ਦੇ ਵਿੱਚੋਂ ਸਭ ਤੋਂ ਵੱਧ ਮੁਨਾਫਾ ਕਮਾਉਣ ਵਾਲੇ ਕਾਰੋਬਾਰੀ ਬਣ ਗਏ ਨੇ ਉਹਨਾਂ ਨੇ ਦੁਨੀਆ ਦੇ ਸਾਰੇ ਕਾਰੋਬਾਰੀਆਂ ਨੂੰ ਪਛਾੜ ਦਿੱਤਾ ਹੈ ਬਲੂ ਵਰਗ ਦੇ ਨਵੇਂ ਅੰਕੜਿਆਂ ਦੇ ਮੁਤਾਬਕ ਇਸ ਸਮੇ ਗੌਤਮ ਅਡਾਨੀ ਪੂਰੀ ਦੁਨੀਆ ਦੇ ਵਿੱਚੋਂ ਤੀਸਰੇ ਨੰਬਰ ਤੇ ਸਭ ਤੋਂ ਅਮੀਰ ਵਪਾਰੀ ਬਣ ਗਏ ਨੇ ਉਹਨਾਂ ਦੀ ਨੈਟ ਵਰਥ 137.4 ਅਰਬ ਡਾਲਰ ਯਾਨੀ ਕਿ 11 ਲੱਖ ਕਰੋੜ ਦੀ ਹੋ ਗਈ ਆ ਹੁਣ ਤੁਹਾਨੂੰ ਦੱਸਦੇ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਉਹਨਾਂ ਦੀ ਸੰਪਤੀ ਵਿੱਚ ਕਿਵੇਂ ਵਾਧਾ ਹੁੰਦਾ ਹੈ ਤੇ 2015 ਵਿੱਚ ਉਹ ਕਿਸ ਦਰਜੇ ਤੇ ਸੀ ਤੇ ਇਸ ਸਮੇਂ 2022 ਵਿੱਚੋਂ ਤੀਸਰੇ ਨੰਬਰ ਤੇ ਪਹੁੰਚ ਗਏ ਨੇ 2015 ਦੇ ਵਿੱਚ ਗੌਤਮ ਅਡਾਨੀ 208 ਨੰਬਰ ਤੇ ਸੀ ਅਮੀਰ ਵਿਅਕਤੀਆਂ ਦੀ ਸੂਚੀ ਵਿੱਚ ਤੇ ਮੁਕੇਸ਼ ਅੰਬਾਨੀ 39ਵੇਂ ਨੰਬਰ ਤੇ 2020 ਦੇ ਵਿੱਚ ਕਰੋਨਾ ਕਾਲ ਦੇ ਸਮੇਂ ਜਦੋਂ ਸ਼ੁਰੂ ਹੁੰਦਾ ਹੈ ਤਾਂ ਅਡਾਨੀ 11ਵੇਂ ਨੰਬਰ ਤੇ ਤੇ ਅੰਬਾਨੀ 10ਵੇਂ ਨੰਬਰ ਤੇ ਸੀ ਇਸ ਸਮੇਂ 2022 ਦੇ ਵਿੱਚ ਅਡਾਨੀ ਦੁਨੀਆ ਦੇ ਤੀਸਰੇ ਸਭ ਤੋਂ ਅਮੀਰ ਵਪਾਰੀ ਬਣ ਗਏ ਨੇ ਅੰਬਾਨੀ 11ਵੇਂ ਨੰਬਰ ਤੇ ਨੇ ਇਸ ਸਮੇਂ ਇਹ ਕੱਢਦੇ ਆ ਨੈਟਵਰਥ ਦੀ ਤਾਂ ਅਡਾਨੀ ਗਰੁੱਪ ਦੀ 11 ਲੱਖ ਕਰੋੜ ਦੀ ਆ ਤੇ ਉਹ ਜੋ ਮੁਕੇਸ਼ ਅੰਬਾਨੀ ਆ ਉਹਨੇ ਰੈਂਸ ਉਹਨਾਂ ਦੀ 7.4 ਲੱਖ ਕਰੋੜ ਦੀ ਆ ਵਿਰੋਧੀ ਧਿਰਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਜਾਂਦੇ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਅਜਈਆਂ ਪਾਲিসੀਆਂ ਤਿਆਰ ਕੀਤੀਆਂ ਰਹੀਆਂ ਜਿਨ੍ਹਾਂ ਦੇ ਨਾਲ ਗੌਤਮ ਅਡਾਨੀ ਨੂੰ ਫਾਇਦਾ ਹੋ ਰਿਹਾ ਹੈ ਤੇ ਉਹਨਾਂ ਦੀ ਸੰਪਤੀ ਲਗਾਤਾਰ ਵਧਦੀ ਜਾ ਰਹੀ ਆ ਇਲਜ਼ਾਮ ਇਹ ਵੀ ਹੈ ਕਿ ਕੋਰੋਨਾ ਕਾਲ ਦੇ ਸਮੇਂ ਦੁਨੀਆ ਦੇ ਸਾਰੇ ਕਾਰੋਬਾਰ ਠੱਪ ਹੋ ਗਏ ਸੀ ਹਰੇਕ ਨੂੰ ਘਾਟਾ ਪੈਣਾ ਸ਼ੁਰੂ ਹੋ ਗਿਆ ਪਰ ਉਸ ਸਮੇਂ ਵੀ ਅਡਾਨੀ ਗਰੁੱਪ ਦੀ ਸੰਪਤੀ ਵਿੱਚ ਲਗਾਤਾਰ ਵਾਧਾ ਹੁੰਦਾ ਗਿਆ ਤੇ ਇਸ ਸਮੇਂ ਕਾਂਗਰਸ ਦੇ ਵੱਲੋਂ ਵੱਡੀ ਪੱਧਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜੋ ਭਾਜਪਾ ਨੂੰ ਪੂਰਾ ਫੰਡ ਹੈ ਅਡਾਨੀ ਗਰੁੱਪ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਜੋ ਪੰਜਾਬ ਦੇ ਨਾਲ ਜੇ ਚਾਚਾ ਕਰਦੇ ਆ ਅਡਾਨੀ ਦੀ ਤਾਂ ਉਹਨਾਂ ਦੇ ਵੱਲੋਂ ਜੋ ਮਦਰਾਪੋਰਟ ਚਲਾਈ ਜਾ ਰਹੀ ਹੈ ਉੱਥੋਂ ਵੱਡੀ ਗਿਣਤੀ ਦੇ ਵਿੱਚ ਨਸ਼ਾ ਵੀ ਫੜਿਆ ਜਾ ਰਿਹਾ ਹੈ ਤਾਂ ਅਡਾਨੀ ਇਸ ਸਮੇਂ ਪੰਜਾਬ ਦੇ ਵਿੱਚ ਹੀ ਸੁਰਖੀਆਂ 'ਚ ਬਣੇ ਹੋਏ ਨੇ ਇਸ ਤੋਂ ਪਹਿਲਾਂ ਜੋ ਉਹਨਾਂ ਨੇ ਐਨਡੀ ਟੀਵੀ ਦੇ ਨਾਲ ਸ਼ਿਰਕ ਖਰੀਦੇ ਸੀ ਉਹਨਾਂ ਦੇ ਉਸ ਨੂੰ ਲੈ ਕੇ ਵੀ ਉਹ ਚਰਚਾ ਦੇ ਵਿੱਚ ਬਣੇ ਹੋਏ ਸੀ ਜਿਵੇਂ ਹੀ ਬਲੂਬਰਗ ਦੇ ਨਵੇਂ ਅੰਕੜੇ ਸਾਹਮਣੇ ਆਉਂਦੇ ਤਾਂ ਦੁਬਾਰਾ ਫੇ ਚੱਚ ਆ ਜਾਂਦੇ ਨੇ ਕਿ ਦੁਨੀਆ ਦੇ ਸਭ ਤੋਂ ਅਮੀਰ ਵਿਕਸ ਵਿੱਚੋਂ 30ਵੇਂ ਨੰਬਰ ਤੇ ਆ ਗਏ ਨੇ ਅਜਈਆਂ ਹੋਰ ਖਬਰਾਂ ਵੀਡੀਓ ਤੇ ਅਪਡੇਟ ਦੇ ਲਈ ਬਣੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਧੰਨਵਾਦ